लो जी जो पूरी मिठा मंगन लग जाए कुछ ना कुछ होंगे है। पूरी ने मिठा मंग लिया कुछ होगा भाई, पक्की निशानी है। पक्की निशानी है पूरी होर मंग ला हूं कुछ। जगह था भाई, मैं लगता रशिया ने टैंके लिया, आवाज देखो कि करता है, पलसरे बढ़ाता देखो कला ही रिंगता जाता है। पूरी नूं पुछदे भी क्या राजा मोटरसाइकिल पंप स्टार्ट करके लियांदा है। कई कंट्रियां च लड़ाइयां लगी पिया, हुण तेरी कदी लड़ाई लग गई? तेलू राम नाल मार देना सारे। पहला गुल्ली डंडा खेलिया, हां हुण तेली नाल खेलना। बल्ला बल्ला हड़दे नहीं हैगे, कोई नहीं साथ दिंदा, असीं यूक्रेन दा साथ दिंदे, असीं लड़ाई लड़दे आ। कोई साथ नहीं दिंदा, बंदूखा चक्की फिरदे, कहिंदे बंदे यूक्रेन दा साथ दिंदे। मारे बंदे रशिया टैंक ले जाते भाई, ये देख लो। लो जी मिलो यूक्रेन वाली टीम नु, किदा भाई क्या करते भाई? हमला कारा हमला तेले यार पिली पूंगी पर हमला। ओ भाई किदा तुसी, क्या रुपए पंप चलता जी? 35 रुपए पंप चलता भाई, ये कहते जे कि ने स्प्रे करानी है घट ना यार ना करो यार, 5-4 रुपए घट भी कर ले करो यार, तुम तो अड़ गए यार, कोई गरीब आ जाता है 5-4 रुपए घट भी कर ले करो। ठीक है औखा है, लै कोई ढोली के पानी पा लगे कोई पीपी कर इन्हों का समझ नहीं लगता है। मैं कहता असला यही लिया सारा उधर ने जंग च ने जगह किन्ने पंप लाने अज ਮਾਰੂਗੀ ਚੱਕੂਗੀ ਜੇ ਤੇਲ ਆ ਗਿਆ ਫਿਰ ਕਿਹਨੂੰ ਫੜਨਾ? ਆਉਂਦਾ ਨੀ ਚੂਹਾ? ਹੈਗਾ ਚੂਹਾ ਆ ਗਿਆ ਜੱਗਾ, ਕਹਿੰਦਾ ਚੂਹਾ ਫੜ ਲੈਣਾ ਤੁਸੀਂ ਬਾਈ। ਇਹੋ ਜਿਹਾ ਇੱਕ ਪੰਪ ਬਣਾ ਦਿਓ ਜਿਹੜਾ ਚੂਹੇ ਮਾਰੇ, ਚੂਹੇ ਮਾਰਨ ਵਾਲਾ ਪੰਪ ਬਣਾ ਦਿਓ ਬਾਈ। ਜੱਗੇ ਨਾਲ ਫੈਰ ਕਰੀ ਜਾਣੇ ਪੰਪ ਪਾ ਕੇ ਫਿਰ ਪਿੱਛੇ, ਤੇ ਜੱਗੇ ਆਹ ਲੋਅਰ ਪਾ ਕੇ ਹੀ ਹੁੰਦੀ ਆ, ਨਹੀਂ ਤਾਂ ਚੀਰੇ ਆਜੂਗੇ, ਹੁਣ ਤਾਂ ਬੜੀ ਹੋ ਗਈ ਬਾਈ। ਕਿੰਨੇ ਦਿਨ ਹੋ ਗਏ ਸਪਰੇ ਕਰਦੇ ਨੂੰ, ਕੰਮ ਚੱਲਿਆ ਨੂੰ ਹੋ ਗਏ 10 ਕੁ ਦਿਨ? एक महीना हो गया। क्या एस्टीमेट कर दे किन्ने पंप लांदे एक दिन दे? तीन बंदा? एक बंदा एक बंदा बंदा अच्छा चार बंदे कहिंदे भाई 150 पंप लांदे, चल दिहाड़ी दा पैंदी फिर तेल किन्ना खांदा भाई ये पंप? 200-300 दा, 200 दा रोज खा जांदा है। ठीक है 200 रुपए दा भाई तेल खा जांदा पंप, पंप भी महंगे भाई इन्होंने ले पे जड़े। ਉਹ ਫਲਟ ਫੁਲਟ ਕਿੰਨਾ ਕਾ ਹੁੰਦਾ ਇਹਨਾਂ 'ਚ? ਠੀਕ ਹੈ ਚੱਲੀ ਜਾਂਦੇ ਬਾਬੇ ਦੀ ਕਿਰਪਾ ਕਰ। ਅੱਛਾ ਲੱਗੀ ਜਾਂਦਾ ਉਹ ਵੀ ਕੰਮ ਖਰਾਬ ਹੈ, ਚਲੋ ਬਾਈ ਚੱਕੋ ਫਿਰ ਚੱਕ ਦੋ। ਬੰਦਾ ਹੱਸਦਾ ਹੀ ਬਹੁਤ ਇੱਕ ਦੇਖੀ ਜੱਗੇ ਲਾਲ ਪਰੀ ਤਾਂ ਨੀ ਬੁਲਾਤੀ ਸੱਜ ਰਹੀ ਇਹਨਾਂ ਨੂੰ? ਹੋ ਜੱਗ ਫਿਰ ਰਾਤ ਨੂੰ ਬਾਈ ਕਿਹੜੀ ਚੱਲਦੀ? ਹੋ ਬਾਈ ਰਾਤ ਨੂੰ ਕਿਹੜੀ ਪੀਂਦੇ ਫਿਰ ਆ ਦੂਏ ਬੰਦੇ? ਕਿਆ ਬਾਤ ਹੈ ਗਿਆਨੀ ਧਿਆਨੀ ਬੰਦੇ, ਕਹਿੰਦੇ ਫੇਰ ਤਾਂ ਠੀਕ ਹੈ। ਲੜ ਵੀ ਪੈਂਦੇ ਆ ਉਹ ਜੱਗੇ ਆ ਕੇ ਹੋ ਗਿਆ, ਜੱਗੇ ਦਾ ਪੰਪ ਦੇਖੋ ਕਿਹੋ ਜਿਹਾ ਬਾਈ, ਟੈਂਕ ਸਟਾਰਟ ਹੋ ਗਿਆ ਇੱਧਰ ਯੂਕਰੇਨ ਵਾਲੇ। ਜੱਗੇ ਇੰਨੀ ਆਵਾਜ਼ ਇੰਜਣੇ ਪਾੜਤਾ, ਜੱਗੇ ਨੇ ਤਾਂ ਇੰਜਣੇ ਖੋਲਤਾ ਬਾਈ। ਚੱਲ ਉਹ ਇੰਨੀ ਆਵਾਜ਼ ਕਾਹਦੇ ਕਰਦਾ ਉਹ ਬਾਈ, ਇੰਨੀ ਆਵਾਜ਼ ਕਾਹਦੇ ਕਰਦਾ ਦੂਆ ਪੰਪ? ਪ੍ਰੈਸ਼ਰ ਜ਼ਿਆਦਾ ਹੈ ਜੱਗੇ ਵਾਲੇ ਪੰਪ ਦਾ, ਪ੍ਰੈਸ਼ਰ ਜ਼ਿਆਦਾ ਕਹਿੰਦੇ ਜੀ ਉਹਦਾ, ਆਵਾਜ਼ ਬਹੁਤ ਕਰਦਾ। ਲਓ ਜੀ ਚੱਲ ਪਿਆ ਅਸਲਾ, ਚੱਲ ਪਿਆ ਅਸਲਾ ਸਪਰੇ ਵਾਲਾ ਦੇਖੋ।
ਕਿੱਡੀ ਫਾੜ ਲੈ ਕੇ ਜਾਂਦੇ ਦੇਖੋ ਬੰਦੇ ਇੱਕਣਾ ਸਵਾਦ ਆਉਂਦਾ ਬਈ ਸਪਰੇਅ ਕਰਨ ਦਾ ਇਕੱਠੇ ਹੋ ਕੇ ਇਕੱਲੇ ਬੰਦੇ ਨੂੰ ਨਹੀਂ ਆਉਂਦਾ ਹੈਗਾ ਚਾਰ ਤੋਂ ਪੰਜ ਚਾਰ ਜੱਗਾ ਹੀ ਮੂਹਰੇ ਆਉਂਦਾ ਸਾਰੇ ਕੱਟ ਗਿਆ ਦੇਖ ਲੈ ਬਾਈ ਗੇੜੇ ਹੀ ਬਹੁਤ ਹੈ ਪੂਰਾ ਟਾਈਮ ਆ ਬਾਈ ਜੇ ਕਿਸੇ ਨੇ ਸਪਰੇਅ ਕਰਨੀ ਹੈ ਫਿਰ ਬਿਮਾਰੀ ਕੰਟਰੋਲ ਹੋ ਜਾਣੀ ਜੇ ਬਾਰਵਾਂ ਕਰੀ ਫਿਰ ਵੱਜ ਜਾਣੀ ਕੰਮ ਖਰਾਬ ਹੋ ਸਕਦਾ ਹੈ ਕਰ ਲਓ ਹੁਣ ਇੱਕ ਵਾਰ ਆਪਣੀ ਕਣਕ 'ਚ ਫਿਰ ਕੇ ਦੇਖ ਲਓ ਵੀ ਕਿਹਦੇ ਕਿਹੜੀ ਬਿਮਾਰੀ ਪਈ ਹੈ ਕਿਉਂਕਿ ਸਾਡੇ ਵਾਲੀ ਸਾਈਡ ਫੁੱਲ ਜ਼ੋਰਾਂ 'ਤੇ ਦਵਾਈ ਹੋ ਰਹੀ ਹੈ ਬਣਦੇ ਵੀਰ ਵੀ ਹੈ ਸਹੀ ਗੱਲ ਕਣਕ ਦੇ ਵਿੱਚ ਜਗ੍ਹਾ ਮੈਂ ਸਮਝ ਗਿਆ ਗੱਲ ਤੇਰੀ ਬਸ ਠੀਕ ਹੈ ਜਗ੍ਹਾ ਕਹਿੰਦਾ ਉਹਨੇ ਪਾਣੀ ਦੂਰ ਤਾ ਇਕੱਲੇ ਬੰਦੇ ਨੂੰ ਔਖਾ ਹੈ ਤਾਂ ਕਰਕੇ ਸਾਰੇ ਬੰਦੇ ਲਾ ਲੇ ਇੰਜਣ ਤੇਰਾ ਹੀ ਤਕੜਾ ਹੈ ਜੱਗੇ ਵਾਲਾ ਇੰਜਣ ਬਾਈ ਨਾਟ ਗੈਰ ਵਾਲੀ ਹੈ ਦੇਖੋ ਸਲਾਸਰ ਬਣਾਤਾ ਜੱਗੇ ਵਾਲੀ ਦੀ ਆਵਾਜ਼ ਦੇਖੋ ਬਾਈ ਪਾਣੀ ਮੁੱਕ ਜਾਂਦਾ ਏ ਕਿਉਂਕਿ ਇੱਕ ਗੇੜਾ ਹੀ ਲਾਉਂਦਾ ਇਹ ਪੰਪ ਬਸ ਦੇਖੋ ਇੱਕ ਦੂਜੇ ਚ ਵੱਜਦੇ ਫਿਰਦੇ ਆ ਉਹ ਬਾਬੇ ਨੇ ਵੀ ਚੱਕ ਲਿਆ ਪਰ ਇਹ ਪੰਪ ਬਾਈ ਲਓ ਜੀ ਕਹਿੰਦੇ ਇੱਧਰ ਜੱਗਾ ਆ ਗਿਆ ਕਿਆ ਹੋ ਗਿਆ ਮਰ ਗਈ ਘੱਟ ਹੋਈ ਹੈ ਨਾ ਇਹ ਕਿ ਇਹ ਛੇਦੀ ਕਦ ਰਹਿ ਗਈ ਮਰ ਗਈ ਪਾਣੀ ਦਾ ਪੇਸ਼ ਨਹੀਂ ਚੱਲਣ ਦਿੱਤੀ ਇਹ ਕੀਲਾ ਹੈ ਨਾ ਕਿਆ ਕਰ ਸਕਦੇ ਹੁਣ ਰੱਬ ਮੂਰੇ ਇਹ ਕੀਲਾ ਖਰਾਬ ਹੋਇਆ ਕੀਲਾ ਜੀ ਡੇਢ ਕੁ ਕੀਲਾ ਕਣਕ ਦਾ ਮਰਿਆ ਜੀ ਆਪਣਾ ਇਹ ਦੇਖ ਸਾਹਮਣੇ ਆ ਬਾਕੀ ਚੱਲ ਹੁਣ ਚਲੋ ਜੋ ਰੱਬ ਨੂੰ ਮਨਜ਼ੂਰ ਆ ਠੀਕ ਆ ਜੀ ਮਿਹਨਤ ਤਾਂ ਬਥੇਰੀ ਕਰੀ ਜੇ ਬੰਦੇ ਪਾ ਸਪਰੇ ਵਧੀਆ ਕਰਦੇ ਹਾਂ ਕਿੱਥੇ ਦੇ ਮਿਲੇ ਬਾਈ ਐਂ ਵੀ ਦੱਸ ਦੇ ਜੇ ਪਿੱਪਲ ਮਾਜਰੇ ਤੇ ਮਿਲਦੇ ਬਾਈ ਜੇ ਕਿਸੇ ਨੇ ਲਿਆਉਣੇ ਪਿੱਪਲ ਮਾਜਰੇ ਤੇ ਲਿਆਏ ਬਾਈ ਜੇ ਕਿਸੇ ਨੇ ਲਿਆਉਣੇ ਬੰਦੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਬਾਈ ਚੱਠਾ ਬੜਾ ਹੀ ਇਹਨਾਂ ਨੇ ਖਾਲੀ ਕਰਕੇ ਜਾਣਾ ਹਟਦੇ ਨਹੀਂ ਹੈਗੇ ਬਾਈ ਐਂ ਤਾਂ ਰੱਦ ਨੁਕਸਾਨ ਕਿੰਨਾ ਕੁ ਹੋਇਆ ਵਿੱਚ ਬਿਮਾਰੀ ਨੇ ਕਰਿਆ ਪਏ ਹਾਂ ਚੂਹੇ ਨੇ ਕਰਿਆ ਊ ਨਹੀਂ ਹੈਗਾ ਹੈ ਤਾਂ ਚੂਹੇ ਦੇ ਨੁਕਸਾਨ ਆ ਠੀਕ ਆ ਠੀਕ ਪਹਿਲੀ ਕਾਬੂ ਕਰ ਲਈ ਬਾਈ ਇੱਕ ਗੱਲ ਹੈ ਜੇ ਬਿਮਾਰੀ ਪਏ ਤੇ ਸਪਰੇ ਕਰੀ ਫਿਰ ਅਸਰ ਘੱਟ ਕਰਦੀ ਪਹਿਲੀ ਕਰ ਦੋ ਪਤਾ ਤਾਂ ਹੈਗਾ ਪੈਣੀ ਹੈ ਜੇ ਇੱਕ ਦੂਜੇ ਦੇ ਖੇਤਾਂ 'ਚ ਤੇ ਆਉਂਦੀ ਕਿ ਆਪਣੇ ਖੇਤ ਮਾਂ ਹੀ ਬਣ ਜਾਂਦੀ ਹੈ ਰੱਬ ਵੱਲੋਂ ਹੀ ਹੈ ਹਦਾਤ ਬਾਈ ਕਿੰਨਾ ਪੈ ਉਹ ਪੈ ਜਾਂਦਾ 16 ਲੀਟਰ ਪਾਣੀ ਪੈ ਜਾਂਦਾ ਪੰਪ 'ਚ ਹਾਂ 25 ਲੀਟਰ ਫਿਰ ਪੰਪ 'ਚ ਕਿੰਨਾ ਵਜਨ ਹੈ ਸਣੇ ਪੰਪ 25 ਲੀਟਰ ਹੈ ਅੱਛਾ 45 ਹੋ ਗਿਆ ਯਾਰ ਫਿਰ ਤਾਂ ਤੁਸੀਂ ਕਿਤੇ ਘੱਟ ਹੈ ਕਿਤੇ ਫੌਜੀਆਂ ਵਾਲੇ ਉਹਦੇ ਜਿੰਨਾ ਵਜਣਾ ਤਾਂ ਪਿੱਠੂ ਲਾਇਆ ਹੁੰਦਾ ਬਾਈ ਜੇ ਤੁਹਾਨੂੰ ਉੱਥੇ ਭੇਜ ਤਾਂ ਲੜਾਈ 'ਚ ਤੁਸੀਂ ਲੜੇ ਆਉਂਗੇ ਪੱਕੀ ਗੱਲ ਹੈ ਬੰਦੇ ਮਾਰ ਕੇ ਆਉਂਗੇ ਮਰ ਕੇ ਜਿਹੜਾ ਚੌੜ ਕਰੂਗਾ ਟੰਗ ਦੇਣਾ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਆਇਆ ਕਰਿਓ ਪੰਪਾਂ 'ਚ ਮਿਰਚਾਂ ਘੋਲ ਦੇ ਜੋ ਮਿਰਚਾਂ ਪਾਈ ਜਾਏ ਅੱਖਾਂ 'ਚ ਬਾਈ ਹੋਲੀ ਨੂੰ ਭੰਗੜਾ ਪਾਉਂਦੇ ਫਿਰ ਨਹੀਂ ਬਾਈ ਹੋਲੀ ਨੂੰ ਨੱਚਦੇ ਪੂਰਾ ਹੋਲੀ ਵੀ ਆਉਣੇ ਵਾਲੀ ਬਾਈ ਇਹਨਾਂ ਨੇ ਭੰਗੜਾ ਪਾਉਣਾ ਇਹਨਾਂ ਨੇ ਪੂਰਾ ਲਾਲ ਰੰਗ ਦੀ ਦਵਾਈ ਨਾ ਜੇ ਗੁਲਾਬੀ ਕਿੰਨੇ ਘੰਟੇ 'ਚ ਵਿਹਲਾ ਹੋਜੂਗਾ ਅੱਜ ਬੰਦੇ ਤੇਜ਼ ਹੈ ਨਾ ਜੱਗਾ ਕਹਿੰਦਾ ਵੀ ਇਕੱਲੇ ਬੰਦੇ ਨੂੰ ਥੋੜੀ ਜਿਹੀ ਔਖੀ ਕਰਨੀ ਨਾਲ ਲੱਗ ਕੇ ਫਿਰ ਜੀਜਾ ਲੱਗਿਆ ਰਹਿੰਦਾ ਨਹੀਂ ਤਾਂ ਇਕੱਲੇ ਨੇ ਸਦਾਈ ਹੋਣਾ ਤਾਂ ਜੱਗੇ ਹੈ ਨਾ ਪੂਰੀ ਨੇ ਵੀ ਚੱਕਿਆ ਵਾ ਪੰਪ ਅੱਜ ਪ
ਭੂਰੀ ਨੂੰ ਪੁੱਛਦੇ ਵੀ ਕਿਆ ਰਾਜਾ ਮੋਟਰਸਾਈਕਲ ਪੰਪ ਸਟਾਰਟ ਕਰਕੇ ਲਿਆਉਂਦਾ ਏ ਇੱਥੇ ਆ ਕੇ ਬੰਦ ਕਰਦਾ ਏ ਭਾਈ ਕਿਆ ਰਾਜਾ ਪੰਪ ਸਟਾਰਟ ਕਰਕੇ ਲਿਆਉਂਦਾ ਘਰ ਤੇ ਲਿਆਇਆ ਉੱਥੇ ਸਪਰੇਅ ਕਰਕੇ ਆਇਆ ਸ਼ਕੀਲੇ ਪਰ ਸਪਰੇਅ ਕਰਦਾ ਦੂਰ ਫਿਰ ਸਟਾਰਟਿੰਗ ਚੱਲਦੀ ਹੈ ਹਾਂ ਫਿਰ ਬੰਦ ਕਰਨਾ ਔਖਾ ਹੁੰਦਾ ਬਈ ਕਈ ਕੰਟਰੀਆਂ ਚ ਲੜਾਈਆਂ ਲੱਗੀਆਂ ਪਿਆ ਹੁਣ ਤੇਰੀ ਕਾਹਦੀ ਲੜਾਈ ਲੱਗ ਗਈ ਤੇਲੂ ਰਾਮ ਨਾਲ ਤੇਲੂ ਰਾਮ ਨਾਲ ਮਾਰ ਦੇਣਾ ਸਾਰੇ ਪਹਿਲਾਂ ਗੁੱਲੀ ਡੰਡਾ ਖੇਲਿਆ ਹਾਂ ਹੁਣ ਤੇਲੀਏ ਨਾਲ ਖੇਲਣਾ ਤੇਲੀਏ ਕੇ ਖੇਲਣਾ ਤੇਲੂ ਰਾਮ ਆ ਗਿਆ ਬਾਈ ਪੂਰੀ ਦੇ ਮਾਰ ਦੇਣਾ ਸਾਰਿਆਂ ਦੇ ਆ ਗਿਆ ਕਿਹੜੀ ਸੀ ਵਧੀਆ ਬਾਈ ਕਿਹੜੀ ਬਾਈ ਇੱਕ ਟੈਲਟ ਹੈ ਇੱਕ ਤੇਲੀ ਵਾਲੀ ਇੱਕ ਤੇਲੀ ਵਾਲੀ ਹੈ ਹੈਗਾ ਕਿੰਨੇ ਪਰਸੈਂਟ ਪੈ ਗਿਆ ਬਹੁਤ ਹੁਣ ਤਾਂ ਹਾਂ ਹੋਰ 80 90 ਪਰਸੈਂਟ ਪੂੰਗੀ ਪਾਂਗੀ ਉਹ ਵੀ ਪੂਰੀ ਆ ਹੁਣ ਤਾਂ ਹਾਂ ਹੁਣ ਤਾਂ ਕਰ ਦੋ ਪੰਪ ਚੱਕ ਲੋ ਚੱਕ ਲੋ ਆਹੀ ਦੱਸ ਦੇਣਾ ਜਿਹਨੇ ਸਾਂਭਲੀ ਹੈ ਪਹਿਲਾਂ ਆਪਣਾ ਬਾਹਰ ਤੇ ਨਹੀਂ ਦਿਖਦੀ ਵਿੱਚ ਆ ਵਿੱਚ ਹੈਗੀ ਆ ਠੀਕ ਆ ਠੀਕ ਆ ਬਾਹਰ ਤੇ ਨਹੀਂ ਦਿਖਦੀ ਕਿ ਬਾਹਰ ਤੇ ਆਪਾਂ ਕਹਿੰਦੇ ਹੈ ਬਾਈ ਕਿੰਨੀ ਕਹੋਗੀ ਕਣਕ ਲੱਖ ਤੱਕ ਆ ਗਈ ਇੰਨੀ ਇੰਨੀ ਕਣਕ ਤਾਂ ਐ ਜਿਹੜੀ ਹੋ ਗਈ ਹੈ ਉਹ ਕਣਕ ਠੀਕ ਆ ਵੀ ਬਿਮਾਰੀ ਆ ਜਿਹੜੀ ਆ ਸਾਂਭ ਲੋ ਆ ਬਿਮਾਰੀ ਆ ਗਈ ਹੁਣ ਤਾਂ ਕਰਨੀ ਪੈਣੀ ਆ ਤੇਲਾ ਪੂਰੀ ਕਿਹੇ ਜਾ ਚਿੱਟਾ ਕਾਲਾ ਚਿੱਟਾ ਵੀ ਆ ਵਿੱਚ ਕਾਲਾ ਵੀ ਵਿੱਚ ਹਾਂ ਹਾਂ ਹੋ ਪੈਗ ਬੁਲਾ ਰਿਆ ਤੇਲੇ ਨੂੰ ਵਿੱਚ ਆਪਣਾ ਆ ਵੀ ਆ ਕਿਹੜਾ ਜੀ ਸਾਰੀਆਂ ਆਈਟਮਾਂ ਆ ਗਈਆਂ ਹਲਦੀ ਵੀ ਆ ਪੂਰੀ ਜੱਗਾ ਵੀ ਲੱਗਿਆ ਪਰ ਸਾਰੀ ਮਾਰ ਦੂਗੇ ਤੇਲਾ ਸਾਰੇ ਚੱਲਦੀ ਹੁਣ ਤਾਂ ਸਾਰੇ ਮਾਰ ਆਲ ਇੰਡੀਆ ਦਾ ਤੇਲਾ ਮਾਰ ਦੇਣਾ ਹੈ ਆਲ ਇੰਡੀਆ ਵੈਸੇ ਪੂਰੀ ਇੱਕ ਕੰਮ ਕਰਨਾ ਚਾਹੀਦਾ ਸਾਰੇ ਇੱਕ ਦਿਨ ਕਰੇ ਨਾ ਸਪਰੇਅ ਫੇ ਮਰ ਜੂਗਾ ਨਹੀਂ ਇੱਧਰ ਉਧਰ ਆਈ ਜਾਂਦਾ ਹੈ ਹੈ ਤੇ ਅੱਧੇ ਤਾਂ ਵਿੱਚੇ ਪਏ ਲੱਭਣੇ ਕਰਦੇ ਉਹ ਨਹੀਂ ਆਏ ਕਰਦੇ ਪੂਰੀ ਡਰਾਉਣ ਲਿਆਉਂਦੇ ਆ ਸਾਰਿਆਂ ਦੀ ਸਪਰੇਅ ਕਰਦੇ ਕਹਿੰਦੇ ਡਰਾਉਣ ਨੇ ਚਾਹੀਦਾ ਨਾ ਵੀ ਉੱਪਰ ਦੀ ਬਸ ਆਪਣੇ ਪੈਸੇ ਦੇ ਦਿਓ ਅਸੀਂ ਵੀ ਕਰਾਈ ਆ ਸਾਡੇ ਉਹਨੇ ਕਰਤੀ ਦੀ ਭਈਆਂ ਨੇ चल फिर पूरी बाई चक ला पूरी स्टार्ट सौखा ही मनके मुनके ठीक है पंप ते पूरी ने सेफ्टी पूरी रखी भी है चूहा है आ गया चूहा भी आ गया मिठे वाला चल भी पूरी से दे रहे गेड़ा ਪੂਰੀ ਕਹਿੰਦਾ ਬਾਈ ਇੱਕ ਕੈਰਾ ਰਹਿ ਗਿਆ ਤਾਂ ਇਹੀ ਨਿਬੇੜਨਾ ਹਵਾ 'ਚ ਬਾਈ ਇਹ ਔਖੀ ਹੁੰਦੀ ਥੋੜ੍ਹੀ ਜੀ ਆਸੇ ਪਾਸੇ ਨੂੰ ਜਾਈ ਜਾਂਦੀ ਹਵਾ ਜੀ ਚੱਲ ਗਈ ਅੱਜ ਲਓ ਜੀ ਜਦੋਂ ਪੂਰੀ ਮਿੱਠਾ ਮੰਗਣ ਲੱਗ ਜਾਵੇ ਕੁਛ ਨਾ ਕੁਛ ਹੁੰਦਾ ਹੈ ਜੇ ਪੂਰੀ ਨੇ ਮਿੱਠਾ ਮੰਗ ਲਿਆ ਤਾਂ ਕੁਛ ਹੋਊਗਾ ਬਾਈ ਇਹ ਪੱਕੀ ਨਿਸ਼ਾਨੀ ਹੈ ਪੱਕੀ ਨਿਸ਼ਾਨੀ ਹੈ ਪੂਰੀ ਹੋਰ ਮੰਗ ਲੈ ਹੁਣ ਕੁਛ ਉੱਪਰ ਬਹਿ ਕੇ ਕਿਆ ਲੱਗਦਾ ਮਾਸੜ ਨਾ ਨੂੰ ਚੱਲ ਕਰ ਦੂਗੇ ਸਾਰੇ ਖੁਸ਼ ਰੱਖਣੇ ਰੋਟੀ ਚਲਾ ਦੂਗਾ ਪਤਾ ਕਿਆ ਗੱਲ ਆ ਬਾਈ ਜੇ 4x4 ਲਾ ਕੇ ਰੋਟੀ ਤੇ ਚਲਾ ਲਿਆ ਜੇ ਨਾ ਰੋਕਣਾ ਆਇਆ ਤੇ ਪਾੜ ਪੁੜ ਕੇ ਲੱਗ ਜਾਣਾ ਬਸ ਕੱਚੇ ਪੱਕੇ ਨੂੰ ਪੂਰੀ ਲੱਗ ਜੂਗਾ ਖਾਲਾ ਖੁਲਾ ਜਰੂ ਬੰਦ ਨਹੀਂ ਹੋਣਾ ਹੈ ਟਰੈਕਟਰ ਵਧੀਆ ਠੀਕ ਆ ਵੀ ਠੀਕ ਆ ਦੇਖੋ ਬਾਈ ਅੰਦਰ ਲਾ ਤੇ ਗੋਡਾਊਨ ਚ ਦੋਹੇ